जी इंडस्ट्री होंद च आई है 2006-07 तो आई है जी। ओके ठीक है जी, 2006-07 तो ही पानी में पोल्यूट कर रही है जी। वो 2006 तो लैके हुण तक कंप्लेंटा दे रहे हैं डीसी फिरोजपुर नूं ते पंजाब पोल्यूशन बोर्ड नूं। अज इस लैवल ते इन्हें पानी पोल्यूट करके रखता साढ़े लोगों जिवें कैंसर हो गया जी, काला पीलिया हो गया, फंगस डिजीज, ह्यूमन रिलेटिड हर तरह दियां बीमारियां दा शिकार होना पै रहा। इहदी इंडस्ट्री तो लोग इन्ना दुखी होया, कई बंदे दा बेचारे पिंड छड्ड चुके आ जी, बाहर चले गए आ, कि वह लोग सोचते हैं भी यह बंद तो होनी नहीं गी। इन्होंने कल्ली शराब फैक्ट्री नहीं लगाई हुई गी, एक तो इथनल का प्लांट लाया जी जी, तो दूसरा जी अपना की कहें कैमिकल फैक्ट्री है। तो गुरद्वारे के बोर कर रहे थे, बोर के एक लांह रूपक पानी निकलिया, ये मोर्चा हुण कल्ले जीरे का नहीं रह गया, पंजाब का बन गया। ये पंज आबां की धरती, पानिया की धरती अज जिहड़ी तजाब बन रही है, सरकारां दा जोर लगा पंजाब च इंडस्ट्रियां लिआउण दा। आम आदमी पार्टी जिवें पहला सत्ता तो आउण तो पहला इह पंजाब दी पाणियां दी गल करदी हुंदी सी, उहनां दा जोर लगना चाहीदा पंजाब दा पाणी बचाउण वास्ते। चोणां दौरान इहनां दा मैनीफेस्टो एड्डा वड्डा सी, इन्ने झूठ मार मार के एड्डियां वड्डियां लार्ज लैवल दियां एडवरटाइजमेंट करके आए, ते इहनां ने कीता की है, चेंज की कीता? सरकार की जिहड़ी परफॉर्मेंस हैगी है जी सूबे दे विच, मैं जमा समझदा टोटली पुअर आ ते फेल है। मैनू लगता नहीं आम आदमी पार्टी 5 साल आपका टाइम टेन्योर पूरा कर सकती। वोटां तो पहला ये आम आदमी पार्टी सी, आम लोगों की पार्टी सी, वोटां लैके जिहड़ी ये चेयर ते बैठ गए आ सीएम की चेयर ते, पता नहीं उस की जादू शक्ति ताकतां जी, उहने हुण सीएम साहब जमा ही बदल चुके ने। ਇਹਨਾਂ ਦਾ ਇੱਕ ਆਈਕਨ ਗੀਤ ਬਣ ਚੁੱਕਿਆ ਸੀ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਪਰ ਦੱਬਦਾ ਕਿੱਥੇ, ਹਾਂਜੀ, ਪਰ ਭਗਵੰਤ ਮਾਨ ਸਾਹਿਬ ਤੁਸੀਂ ਦੱਬ ਚੁੱਕੇ ਹੋ। ਤਾਂ ਪੁਲਿਸ ਪ੍ਰਸ਼ਾਸਨ ਹੈ ਤੁਹਾਡੇ ਜ਼ਿਲ੍ਹੇ ਦਾ, ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਦਾ ਕੀ ਰੁਖ ਰਿਹਾ ਮੋਰਚੇ ਪ੍ਰਤੀ? ISPCS ਲੈਵਲ ਤੇ ਸਾਨੂੰ ਡਰਾਉਂਦੇ ਧਮਕਾਉਂਦੇ ਆ, ਤੇ ਐਂ ਵੀ ਕਹਿੰਦੇ ਆ ਵੀ ਅਸੀਂ ਕੈਜੂਐਲਟੀ ਵੀ ਕਰਾਂਗੇ ਤੇ ਜੋ ਉਹਦੀ ਕੀ ਕਹਿੰਦੇ ਖਮਿਆਜਾ ਉਹ ਅਸੀਂ ਭੁਗਤ ਵੀ ਲਵਾਂਗੇ ਆਪੇ, ਤੇ ਅਸੀਂ ਤੁਹਾਡਾ ਮੋਰਚਾ ਅਸੀਂ ਚੁਕਾ ਕੇ ਹਟਾਂਗੇ। ਤਾਂ ਬਲਬੀਰ ਸਿੰਘ ਸੀਚੇਵਾਲ ਜਿਹੜੇ ਕਿ ਇਸ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਨੇ, ਉਸ ਤੋਂ ਬਿਨਾਂ ਵੀ ਉਹਨਾਂ ਦੀ ਇੱਕ ਛਵੀ ਹੈ ਚੰਗੇ ਇਨਵਾਇਰਮੈਂਟ ਲਈ, ਤਾਂ ਉਹਨਾਂ ਦਾ ਜਿਹੜਾ ਰਵੱਈਆ ਰਿਹਾ ਸਾਰੇ ਮਾਮਲੇ 'ਚ, ਉਹ ਤੁਸੀਂ ਉਹਨਾਂ ਨੂੰ ਅਪਰੋਚ ਕੀਤਾ? ਉਹਨਾਂ ਦਾ ਵੀ ਰਵੱਈਆ ਪਹਿਲਾਂ ਜਦੋਂ ਸੰਸਦ ਮੈਂਬਰ ਨਹੀਂ ਸੀ, ਸ਼ਾਇਦ ਉਹਨਾਂ ਨੇ ਪੰਜਾਬ ਲਈ ਬਹੁਤ ਕੁਛ ਕੀਤਾ ਹੋਵੇ, ਜਿਵੇਂ ਹਾਂ ਕੀਤਾ ਵੀ ਆ, ਜਿਵੇਂ ਸੁਲਤਾਨਪੁਰ ਲੋਧੀ ਬੇਨ ਦੀ ਸਫਾਈ ਕੀਤੀ ਆ, ਪਰ ਹੁਣ ਉਹ ਸਰਕਾਰੀ ਹੋ ਚੁੱਕਿਆ। ਉਹ ਜਿਸ ਸਟੇਜ ਦੇ ਉੱਤੋਂ ਕਹਿੰਦੇ ਵੀ ਹਾਂਜੀ ਇਹ ਫੈਕਟਰੀ ਨੇ ਪਾਣੀ ਮਤਲਬ ਪਲਿਊਟ ਕੀਤਾ ਹੋਇਆ ਪਤਾ, ਪਰ ਇਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਾਉਣਾ ਚਾਹੀਦਾ ਸੀਗਾ, ਇੱਦਾਂ ਫੈਕਟਰੀਆਂ ਵੀ ਜ਼ਰੂਰੀ ਆ, ਉਹ ਮਤਲਬ ਗੱਲ ਗੋਲ ਮੋਲ ਕਰ ਗਏ। ਜੇ ਕੋਈ ਨੋਰਮਲ ਬੰਦਾ ਮਾਈਨਿੰਗ ਕਰਦੇ ਨਾ ਕਿਤੇ, ਕੋਈ 5-7 ਫੁੱਟ ਦੀ ਕੋਈ ਖੱਡ ਮਾਰ ਕੇ 10-15 ਜੋ ਫੁੱਟ ਜੋ ਰੇਤਾ ਕੱਢ ਲਏ, ਉਹਦੇ 'ਤੇ ਸ਼ਾਮ ਨੂੰ ਪਰਚਾ ਹੋ ਜਾਂਦਾ, ਘੰਟਿਆਂ 'ਚ ਪਰਚਾ ਹੋ ਜਾਂਦਾ, ਇਹਨਾਂ 'ਤੇ ਪਰਚਾ ਹੀ ਨਹੀਂ ਹੋਇਆ। ਸਰਕਾਰ ਮੰਨ ਜਾਂਦੀ ਹੈ ਤਾਂ ਵੈਲ ਐਂਡ ਗੁੱਡ ਆ, ਨਹੀਂ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ MLA ਦਾ ਘਰਾਓ ਕਰਾਂਗੇ, ਘਰਾਂ ਦਾ ਘਰਾਓ ਕਰਾਂਗੇ। ਐਨਜ਼ਡ ਪੰਜਾਬੀ ਨਿਊਜ਼ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਆਬ ਤੋਂ ਜਾਣਿਆ ਜਾਂਦਾ ਪਾਣੀ ਤੋਂ, ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਹੈ, ਪੰਜਾਬ ਦਾ ਇਤਿਹਾਸ, ਪੰਜਾਬ ਦਾ ਸੱਭਿਆਚਾਰ ਸਾਰਾ ਇਸ ਦੇ ਦੁਆਲੇ ਘੁੰਮਦਾ, ਪੰਜਾਬ ਦੀ ਸਿਆਸਤ ਪਿਛਲੇ 50 ਸਾਲਾਂ ਤੋਂ ਪੰਜਾਬ ਦੇ ਪਾਣੀਆਂ ਦੇ ਦੁਆਲੇ ਘੁੰਮ ਰਹੀ ਹੈ। ਇਸੇ ਕਿਸਮ ਦਾ ਹੁਣ ਇੱਕ ਪਾਣੀਆਂ ਦਾ ਮਸਲਾ ਜਿਹੜਾ ਹੈਗਾ ਹੈ, ਉਹ ਫਿਰੋਜ਼ਪੁਰ ਦੇ ਵਿੱਚ ਮਨਸੂਰ ਵਾਲਾ ਪਿੰਡ ਦੇ ਵਿੱਚ ਜਿਹੜੀ ਫੈਕਟਰੀ ਲੱਗੀ ਹੋਈ ਹੈ, ਜੋ ਵਿਧਾਇਕ ਰਹੇ ਨੇ ਅਕਾਲੀ ਦਲ ਦੇ ਦੀਪ ਮਲਹੋਤਰਾ, ਉਹਨਾਂ ਦੀ ਡਿਸਟਿਲਰੀ ਦੇ ਵਿੱਚੋਂ ਜਿਹੜੀ ਵਾਟਰ ਪੋਲਿਊਸ਼ਨ ਨਿਕਲ ਰਹੀ ਹੈ, ਉਸ ਨੂੰ ਲੈ ਕੇ ਪਿਛਲੇ 14-15 ਸਾਲ ਦੇ ਵਿੱਚ ਜਿਹੜੀ ਵਾਟਰ ਪੋਲਿਊਸ਼ਨ ਅਕੋਮੋਲੇਟ ਹੋਈ ਹੈ, ਉਸ ਨੂੰ ਲੈ ਕੇ ਉੱਥੋਂ ਦੇ ਲੋਕਲ ਜਿਹੜੇ ਪੀੜਿਤ ਪਿੰਡ ਵਾਸੀ ਨੇ, ਕਈ ਪਿੰਡਾਂ ਦੇ ਲੋਕ ਨੇ, ਉਹਨਾਂ ਨੇ ਇੱਕ ਮੋਰਚਾ ਲਗਾਇਆ ਹੈ 24-07 ਤੋਂ, ਅਤੇ 70 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਇਸ ਮੋਰਚੇ ਨੂੰ, 80 ਦਿਨਾਂ ਦੇ ਕਰੀਬ ਹੋ ਚੱਲੇ ਨੇ। ਤਾਂ ਇਸ ਸਾਰੇ ਦੇ ਵਿੱਚ ਪ੍ਰਸ਼ਾਸਨ, ਇਸ ਸਾਰੇ ਦੇ ਵਿੱਚ ਸਰਕਾਰ ਅਤੇ ਜਿਹੜੀ ਵਿਰੋਧੀ ਧਿਰ ਹੈ, ਉਹਨਾਂ ਦੀ ਕੀ ਭੂਮਿਕਾ ਰਹੀ ਹੈ, ਇਸ ਸਾਰੇ ਨੁਕਤਿਆਂ 'ਤੇ ਆਪਾਂ ਗੱਲ ਕਰਾਂਗੇ ਆਪਣੇ ਨਾਲ ਜਿਹੜੇ ਉਸ ਮੋਰਚੇ ਨੂੰ ਚਲਾ ਰਹੇ ਨੇ ਮੇਨ ਤੌਰ 'ਤੇ, ਫਤਿਹ ਸਿੰਘ ਅਤੇ ਰੋਮਨ ਬਰਾੜ, ਦੋ ਨੌਜਵਾਨ ਨੇ ਜਿਹੜੇ ਕਿ ਉਹਨਾਂ ਪਿੰਡਾਂ ਦੇ ਵਸਨੀਕ ਨੇ,
ਅਤੇ ਇਸ ਮੋਰਚੇ ਨੂੰ ਚਲਾ ਰਹੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਤਜ਼ਰਬਾ ਇਸ ਸਾਰੇ ਦੇ ਵਿੱਚ, ਕਿਉਂ ਉਹਨਾਂ ਨੂੰ ਮਜਬੂਰ ਹੋਣਾ ਪਿਆ ਅਤੇ ਇਸ ਸਾਰੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਕਿਹੜੇ ਕਿਹੜੇ ਪੜਾਵਾਂ 'ਚੋਂ ਲੰਘਣਾ ਪਿਆ ਅਤੇ ਹੁਣ ਕੀ ਫੇਸ ਕਰ ਰਹੇ ਨੇ। ਇਹ ਸਾਰੇ ਨੁਕਤਿਆਂ 'ਤੇ ਆਪਾਂ ਫਤਿਹ ਅਤੇ ਰੋਮਨ ਬਰਾੜ ਨਾਲ ਗੱਲ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ। ਥੈਂਕ ਯੂ। ਸਰ, ਮੇਰਾ ਪਹਿਲਾ ਸਵਾਲ ਇਹੀ ਹੈ ਕਿ ਮਤਲਬ ਕਿ ਇਹਦੀ ਸ਼ੁਰੂਆਤ ਜਿਹੜੀ ਹੈ ਸਾਰੇ ਮਸਲੇ ਦੀ, ਉਹ ਕਿਵੇਂ ਹੁੰਦੀ ਹੈ? ਸਰ ਦੇਖੋ, ਜਿਹੜਾ ਅਸੀਂ ਮੋਰਚਾ ਲਾਇਆ ਹੋਇਆ ਉਹ ਤਾਂ ਅਸੀਂ 24/7 ਤੋਂ ਲਾਇਆ ਹੋਇਆ ਜੀ, ਜੀ। ਪਰ ਜਿਹੜੀਆਂ ਮਾਲਬਰੋਸ ਦੀਆਂ ਐਕਟੀਵਿਟੀਆਂ ਹੈਗੀਆਂ ਪਾਣੀ ਨੂੰ ਖਰਾਬ ਕਰਨ ਵਾਲੀਆਂ, ਉਹ 15 ਸਾਲ ਪੁਰਾਣੀਆਂ ਜੀ, ਜੀ। ਕਿਉਂਕਿ ਜਿਹੜੀ ਇੰਡਸਟਰੀ ਹੋਂਦ 'ਚ ਆਈ ਹੈ 2006-07 ਤੋਂ ਆਈ ਹੈ ਜੀ। ਓਕੇ, ਠੀਕ ਹੈ ਜੀ। ਇਹ 2006-07 ਤੋਂ ਹੀ ਪਾਣੀ ਨੂੰ ਪਲਿਊਟ ਕਰ ਰਹੀ ਹੈ ਜੀ, ਇਹ ਕੋਈ ਅੱਜ ਦੀ ਨਹੀਂ ਕਰ ਰਹੀ, ਲੰਬੇ ਤਕਰੀਬਨ 14-15 ਸਾਲ ਤੋਂ ਹੀ ਪਾਣੀ ਨੂੰ ਪਲਿਊਟ ਕਰ ਰਹੀ ਹੈ ਜੀ। ਅਤੇ ਅੱਜ ਇਸ ਲੈਵਲ 'ਤੇ ਇਹਨੇ ਪਾਣੀ ਪਲਿਊਟ ਕਰਕੇ ਰੱਖਤਾ ਸਾਡੇ ਲੋਕਾਂ ਨੂੰ, ਜਿਵੇਂ ਕੈਂਸਰ ਹੋ ਗਿਆ ਜੀ, ਕਾਲਾ ਪੀਲੀਆ ਹੋ ਗਿਆ, ਫੰਗਸ ਡਿਜ਼ੀਜ਼, ਹਿਊਮਨ ਰਿਲੇਟਡ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਜੀ। ਅਤੇ ਲੋਕ ਬਿਮਾਰੀਆਂ ਨਾਲ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਨੇ ਜੀ। ਅਤੇ ਦੂਸਰੀ ਗੱਲ ਇਹ ਹੈ ਸਰ, ਇਹਨਾਂ ਨੇ ਇਕੱਲੀ ਸ਼ਰਾਬ ਫੈਕਟਰੀ ਨਹੀਂ ਲਗਾਈ ਹੋਈ ਗੀ, ਇੱਕ ਤਾਂ ਇਥਨਲ ਦਾ ਪਲਾਂਟ ਲਾਇਆ ਜੀ, ਜੀ। ਅਤੇ ਦੂਸਰਾ ਜੀ ਆਪਣਾ ਕੀ ਕਹਿੰਦੇ, ਕੈਮੀਕਲ ਫੈਕਟਰੀ ਹੈ ਜੀ, 3 ਯੂਨਿਟ ਇਹਨਾਂ ਦੇ ਚੱਲਦੇ ਹੈ ਜੀ ਉੱਥੇ ਜੀ। ਅਤੇ ਜਿਹੜਾ ਇਥਨਲ ਦਾ ਪਲਾਂਟ ਹੈ ਨਾ ਸਰ, ਉਹ ਜੇ ਕਿਤੇ ਬਾਈ ਚਾਂਸ ਉੱਥੇ ਕਿਸੇ ਹਿਸਾਬ ਨਾਲ ਬਲਾਸਟ ਹੋ ਜਾਂਦਾ ਜੀ, ਸਾਡਾ ਸਾਰਾ ਏਰੀਆ ਤਬਾਹ ਹੋ ਜੂਗਾ ਜੀ। ਜੀ, 10 ਤੋਂ 15 ਕਿਲੋਮੀਟਰ ਦਾ ਰੇਡੀਅਸ ਦਾ ਸਾਰਾ ਏਰੀਆ ਤਬਾਹ ਹੋ ਜੂਗਾ ਅਤੇ ਲੋਕ ਬਹੁਤ ਜ਼ਿਆਦਾ ਮਰਨਗੇ। ਅਤੇ ਮੈਂ ਇਹੀ ਗੱਲ ਵਾਰ ਵਾਰ ਪੁੱਛਦਾ ਵੀ ਹੁੰਦਾ, ਕਹਿੰਦਾ ਵੀ ਹੁੰਦਾ ਵੀ ਜਿਹੜੀ ਇਹਦੀ NOC ਆ ਇਹਨਾਂ ਨੂੰ ਕਿਵੇਂ ਮਿਲ ਗਈਆਂ ਇਥੋਂ ਨਾਲ ਪਲਾਂਟ ਦੀਆਂ, ਕਿਉਂਕਿ ਰਿਹਾਇਸ਼ੀ ਆਬਾਦੀ ਦੇ ਵਿੱਚ ਇਹ ਪਲਾਂਟ ਲੱਗ ਨਹੀਂ ਸਕਦਾ ਜੀ। ਜੀ, ਬਿਲਕੁਲ, ਇਹ ਬਹੁਤ ਚਿੰਤਾ ਦਾ ਵਿਸ਼ਾ। ਕਿੰਨੀ ਕੁ ਆਬਾਦੀ ਹੈ ਆਲੇ ਦੁਆਲੇ? ਦੇਖੋ ਜੀ, ਸਾਡੀ ਜਿਹੜੀ ਰਟੋਲ ਰੋਹੀ ਦੀ ਜਿਹੜੀ ਵੋਟ ਹੈਗੀ ਆ 1100-1200 ਵੋਟ ਹੈਗੀ ਹੈ ਜੀ ਰਟੋਲ ਰੋਹੀ ਦੀ। ਨਾਲ ਪਿੰਡ ਮਸੂਰਵਾਲ ਲੱਗਦਾ ਜੀ, ਕੋਈ 2000 ਦੇ ਕਰੀਬ ਉਹਦੀ ਵੋਟ ਹੈਗੀ ਹੈ ਜੀ। ਹੋਰ ਨੇੜੇ ਤੇੜੇ ਦੇ 35-40 ਪਿੰਡ ਇਸ ਇੰਡਸਟਰੀ ਤੋਂ ਪ੍ਰਭਾਵਿਤ ਹੈ ਜੀ। ਜੀ, ਜਿਵੇਂ ਇਹਨਾਂ ਨੇ ਦੱਸਿਆ ਕਿ ਇੰਨੀ ਗੰਭੀਰ ਮਤਲਬ ਕਿ ਖਤਰੇ ਲਾਹਕ ਨੇ, ਤਾਂ ਤੁਸੀਂ ਇਹਨਾਂ ਸਾਰੇ ਸਮਿਆਂ ਦੇ ਦੌਰਾਨ 2006 ਤੋਂ ਲੈ ਕੇ ਹੁਣ ਤੱਕ ਤੁਸੀਂ ਰੋਮਨ ਬਰਾੜ ਜੀ, ਕਿਸੇ ਸਰਕਾਰੀ ਅਧਿਕਾਰੀ ਨੂੰ, ਵੱਖ ਵੱਖ ਸਰਕਾਰੀ ਅਦਾਰਿਆਂ ਨੂੰ, ਚਾਹੇ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਾਂ ਕੋਈ ਹੋਰ, ਤੁਸੀਂ ਉਹਨਾਂ ਨੂੰ ਅਪਰੋਚ ਕੀਤਾ, ਕੀ ਉਹਨਾਂ ਦਾ ਰੁਖ ਸੀ? ਸਰ, ਪਹਿਲੀ ਗੱਲ ਤਾਂ ਇਹ ਹੈ, ਜਿਹੜੇ ਜ਼ਿਆਦਾ ਪ੍ਰਭਾਵਿਤ ਪਿੰਡ ਜਿਹੜੇ ਪਿੰਡਾਂ 'ਚ ਲੱਗੀ ਹੋਈ ਹੈ ਫੈਕਟਰੀ, ਉਹ ਪਿੰਡ ਮਸੂਰਵਾਲ ਅਤੇ ਰਟੋਰ ਰੋਹੀ ਸੀ। ਰਟੋਰ ਰੋਹੀ, ਮਸੂਰਵਾਲ ਦਾ ਨੇੜੇ ਤੇੜੇ ਦੇ ਪਿੰਡ ਜਿੰਨੇ ਵੀ ਆ, ਉਹ 2006 ਤੋਂ ਲੈ ਕੇ ਹੁਣ ਤੀਕਰ ਕੰਪਲੇਂਟਾਂ ਦਿੰਦੇ ਰਹੇ ਹਾਂ DC ਫਿਰੋਜ਼ਪੁਰ ਨੂੰ ਅਤੇ ਪੰਜਾਬ ਪੋਲਿਊਸ਼ਨ ਬੋਰਡ ਨੂੰ। ਹੁਣ ਕੀ ਹੋਇਆ, ਹਾਲ ਦੀ ਘੜੀ ਦੇ ਵਿੱਚ ਮੇਰਾ ਪਿੰਡ ਮੰਝਾਂਵਾਲਾ ਕਲਾਂ ਜੀ, ਅਤੇ ਸਾਡੇ ਪਿੰਡ ਗੁਰੂ ਘਰ ਆ, ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਇੱਕ ਬ੍ਰਹਮ ਗਿਆਨੀ ਸਾਧੂ ਹੋਏ ਆ, ਅਤੇ ਗੁਰਦੁਆਰੇ ਦੇ ਵਿੱਚ ਅਸੀਂ ਬੋਰ ਕਰ ਰਹੇ ਸੀ ਅਤੇ ਬੋਰ ਦੇ ਵਿੱਚੋਂ ਇੱਕ ਲਾਂਹ ਰੂਪਕ ਪਾਣੀ ਨਿਕਲਿਆ, ਅਤੇ ਲਾਂਹ ਰੂਪਕ ਪਾਣੀ ਨਿਕਲਿਆ ਅਤੇ ਲੋਕਾਂ ਵਿੱਚ ਉਹ ਰੋਹ ਜਾਗਿਆ। ਜਦੋਂ ਰੋਹ ਜਾਗਿਆ ਤਾਂ ਲੋਕਾਂ ਨੇ ਉਹ ਮੋਰਚਾ ਲਾਤਾ, ਜਦੋਂ ਗੁਰਦੁਆਰੇ ਦੇ ਗੁਰੂ ਘਰ ਦੇ ਵਿੱਚੋਂ ਲਾਹਣ ਵਾਲਾ ਪਾਣੀ ਨਿਕਲਿਆ ਵੇ, ਜਿਸ ਨਾਲ ਗੁਰੂ ਸਾਹਿਬ ਦੀ ਦੇਗ ਵੀ ਬਣਦੀ ਆ, ਲੋਕਾਂ ਨੂੰ ਉਹ ਰੋਹ ਅਤੇ ਗੁੱਸਾ ਜਦੋਂ ਜਾਗਿਆ ਅਤੇ ਉਹਨਾਂ ਨੇ ਸ਼ਰਾਬ ਫੈਕਟਰੀ ਦੇ ਮੂਹਰੇ ਧਰਨਾ ਲਾਤਾ। ਜਿਹੜਾ ਇਹ ਮੋਰਚਾ ਜੀ, ਇੱਕ ਮੋਰਚਾ 80 ਦਿਨ ਦੇ ਕਰੀਬ ਚੱਲ ਗਿਆ ਜੀ, 80 ਦਿਨ ਇਹ ਮੋਰਚਾ ਜਿਹੜਾ ਚੱਲਿਆ ਜੀ, 80 ਦਿਨ ਹੋ ਗਿਆ। ਇਹਦੇ ਵਿੱਚ ਕਈ ਪੋਲੀਟੀਸ਼ਨ, ਪੰਜਾਬ ਦਰਦੀ ਲੋਕ, ਪੰਜਾਬ ਦੇ ਦਰਦ, ਪੰਜਾਬ ਦੇ ਪਾਣੀਆਂ ਦਾ ਦਰਦ ਰੱਖਣ ਵਾਲੇ ਲੋਕ ਪਹੁੰਚ ਚੁੱਕੇ ਨੇ ਜੀ, ਆ ਵੀ ਰਹੇ ਨੇ, ਅੱਗੇ ਵੀ ਸਾਨੂੰ ਸਮਰਥਨ ਦੇ ਰਹੇ। ਇਹ ਮੋਰਚਾ ਹੁਣ ਇਕੱਲੇ ਜੀਰੇ ਦਾ ਨਹੀਂ ਰਹਿ ਗਿਆ, ਇਹ ਪੰਜਾਬ ਦਾ ਬਣ ਗਿਆ। ਇਹ 5 ਆਬਾਂ ਦੀ ਧਰਤੀ, ਪਾਣੀਆਂ ਦੀ ਧਰਤੀ ਅੱਜ ਜਿਹੜੀ ਤੇਜ਼ਾਬ ਬਣ ਰਹੀ ਆ, ਕਿਉਂਕਿ ਪਹਿਲਾਂ ਜੀ ਸਪਤ ਸਿੰਧੂ ਸੀ, ਸਪਤ ਸਿੰਧੂ ਤੋਂ ਪੰਜਾਬ ਹੋਇਆ, ਪੰਜਾਬ ਤੋਂ 47 ਵੇਲੇ ਆਪਾਂ ਵੰਡੇ ਗਏ, ਉਦੋਂ ਬਾਅਦ ਪੰਜਾਬ ਛੋਟਾ ਹੋ ਗਿਆ ਜੀ, ਪੰਜਾਬ ਛੋਟਾ ਹੋ ਗਿਆ। ਹੁਣ ਜਿਹੜੀਆਂ ਇਹ ਰੈੱਡ ਇੰਡਸਟਰੀਆਂ ਜੀ, ਜਿਹੜੀਆਂ ਪੰਜਾਬ ਦੇ ਪਾਣੀ ਨੂੰ ਪਲੀਤ ਕਰਨ 'ਤੇ ਲੱਗੀਆਂ ਹੋਈਆਂ, ਪੰਜਾਬ ਦੇ ਪਾਣੀ ਨੂੰ, ਪੰਜਾਬ ਦੇ ਪਾਣੀ ਨੂੰ ਤੇਜ਼ਾਬ ਬਣਾ ਰਹੀਆਂ, ਕੀ ਆਉਣ ਵਾਲਾ ਨਾਂ ਪੰਜਾਬ ਦਾ ਤੇਜ਼ਾਬ ਰੱਖ ਦੇਣਾ ਚਾਹੀਦਾ? ਸਰਕਾਰਾਂ ਦਾ ਜ਼ੋਰ ਲੱਗਾ ਪੰਜਾਬ 'ਚ ਇੰਡਸਟਰੀਆਂ ਲਿਆਉਣ ਦਾ, ਪਰ ਸਰਕਾਰਾਂ ਦਾ ਜ਼ੋਰ ਲੱਗਣਾ ਚਾਹੀਦਾ। ਆਮ ਆਦਮੀ ਪਾਰਟੀ ਜਿਵੇਂ ਪਹਿਲਾਂ ਸੱਤਾ ਤੋਂ ਆਉਣ ਤੋਂ ਪਹਿਲਾਂ ਇਹ ਪੰਜਾਬ ਦੀ ਪਾਣੀਆਂ ਦੀ ਗੱਲ ਕਰਦੀ ਹੁੰਦੀ ਸੀ, ਉਹਨਾਂ ਦਾ ਜ਼ੋਰ ਲੱਗਣਾ ਚਾਹੀਦਾ ਪੰਜਾਬ ਦਾ ਪਾਣੀ ਬਚਾਉਣ ਵਾਸਤੇ। ਜਿਹੜੀ ਇਹ ਇੰਡਸਟਰੀ ਹੈ ਜੀ, ਆਪਾਂ ਗੱਲ ਇੰਡਸਟਰੀ ਦੀ ਇਸ ਦੀ ਕਰਦੇ ਮੈਲਬਰੋਸ ਦੀ, ਇਹ ਇੰਡਸਟਰੀ ਧਰਤੀ ਵਿੱਚੋਂ ਲੱਖਾਂ ਲੀਟਰ ਪਾਣੀ ਕੱਢਦੀ ਆ ਜੀ। ਉਹ ਪਾਣੀ ਕੱਢ ਕੇ ਕਿਹਨੇ ਅਧਿਕਾਰ ਦਿੱਤਾ ਧਰਤੀ ਦਾ, ਹੇਠਲਾ ਲੱਖਾਂ ਲੀਟਰ ਪਾਣੀ ਕੱਢ ਕੇ ਅਤੇ ਉਹਦੀ ਗੰਦੀ ਕੈਮੀਕਲ ਵਿੱਚ ਵਰਤੋਂ, ਸ਼ਰਾਬ ਵਿੱਚ ਵਰਤੋਂ, ਅਤੇ ਫਿਰ ਉਹੀ ਗੰਦਾ ਪਾਣੀ ਧਰਤੀ? ਤੁਸੀਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਤੁਸੀਂ ਗਏ, ਤਾਂ ਤੁਹਾਨੂੰ ਤੁਸੀਂ ਪੁੱਛਿਆ ਉਹਨਾਂ ਨੂੰ ਕਿ ਜਿਹੜੀ ਇਨਵਾਇਰਮੈਂਟਲ ਕਲੀਅਰੈਂਸ ਹੈ ਉਹ ਕਿੱਦਾਂ ਮਿਲੀ ਹੈ, ਜਾਂ ਉਹਦੀ ਕੋਈ ਡਾਕੂਮੈਂਟ ਮਿਲੇ ਤੁਹਾਨੂੰ? ਸਰ, ਜਿਹੜੇ ਇਹ ਪੰਜਾਬ ਪੋਲਿਊਸ਼ਨ ਬੋਰਡ ਆ ਜੀ, ਇਹ ਪੰਜਾਬ ਪੋਲਿਊਸ਼ਨ ਬੋਰਡ ਨਹੀਂ, ਇਹ ਪੰਜਾਬ ਪੋਲਿਊਸ਼ਨ ਕਰੋ ਬੋਰਡ ਆ ਜੀ, ਇਹ ਪੋਲਿਊਸ਼ਨ ਕਰਦੇ। ਇਹਨਾਂ ਦੀ ਮਿਲੀ ਭੁਗਤ ਆ ਜੀ, ਇਹਨਾਂ ਦੀ ਜੇ ਮਿਲੀ ਭੁਗਤ ਨਾ ਹੁੰਦੀ, ਇੱਕ ਨਿੱਕੀ ਜਿਹੀ ਇੰਡਸਟਰੀ ਤੋਂ ਅੱਜ ਇੱਡੀ ਵੱਡੀ ਇੰਡਸਟਰੀ ਬਣ ਜਾਂਦੀ।
सीएम भगवंत मान साहब जदों एमपी सी उदो संसद में उन्होंने मुद्दा चुकया सीगा वी पंजाब विच पोल्यूशन बहुत ज़्यादा आ, पोल्यूशन बोर्ड अपनी भूमिका नहीं निभा रहे, की हुण उह अपनी भूमिका निभाउण लग गए आ? जी नहीं सर, वह जिहड़े आ जिहड़े पंजाब पोल्यूशन बोर्ड के अधिकारी आ जां पंजाब पोल्यूशन बोर्ड का चेयरमैन, फौरी तौर पर उन्हां दी जांच होनी चाहीदी आ। ਜਿਹੜੀਆਂ ਇੰਡਸਟਰੀਆਂ ਲੱਗ ਰਹੀਆਂ, ਮਤਲਬ ਠੀਕ ਹੈ ਵੀ ਤੁਹਾਡੀ ਕੁਛ ਨਹੀਂ ਸੁਣੀ ਪਰ ਨਹੀਂ ਕੋਈ ਠੀਕ ਹੈ, ਉਹੀ ਮੈਂ ਗੱਲ ਤੇ ਉਹਨਾਂ ਸਾਡੀ ਉਹਨਾਂ ਨੇ ਕੁਛ ਨਹੀਂ ਸੁਣੀ, ਠੀਕ ਹੈ, ਕੋਈ ਸੁਣਵਾਈ ਨਹੀਂ ਹੋਈ, ਉਹ ਤਾਂ ਆਪਣੀ ਜਾਨ ਬਚਾ ਰਹੇ ਵੀ ਕਿਤੇ ਸਾਡੀ ਇਨਕੁਆਇਰੀ ਹੋ ਕੇ ਅਸੀਂ ਨਾ ਇੱਥੋਂ ਨੌਕਰੀ ਤੋਂ ਲੈ ਜਾਈਏ। ਠੀਕ ਹੈ ਫਤਿਹ ਸਿੰਘ, ਜਿਵੇਂ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਕਿਸੇ ਵੀ ਸਰਕਾਰੀ ਅਦਾਰੇ ਨੇ ਜਿਹੜੇ ਵੀ ਸੰਬੰਧਿਤ ਸੀਗੇ ਉਹਨਾਂ ਨੇ ਨਹੀਂ ਸੁਣਿਆ, ਅਤੇ ਪੰਜਾਬ ਦੇ ਵਿੱਚ ਜਦੋਂ ਇਹ ਮੋਰਚਾ ਲੱਗਿਆ ਤਾਂ ਰਜੀਮ ਚੇਂਜ ਹੋਈ ਹੈ, ਇੱਕ ਮਤਲਬ ਕਿ ਨਵੀਂ ਪਾਰਟੀ ਆਈ ਹੈ ਜਿਨ੍ਹਾਂ ਨੇ ਇੱਕ ਇਹ ਗੱਲ ਕਹੀ ਸੀ ਵੀ 70 ਸਾਲਾਂ 'ਚ ਜੋ ਨਹੀਂ ਹੋਇਆ ਸੀ ਉਹ ਕਰਾਂਗੇ, ਅਤੇ ਹੋਇਆ ਵੀ, ਮਤਲਬ ਕਿ ਉਹ ਰਾਜਨੀਤਿਕ ਤਬਦੀਲੀ ਕਦੇ ਇੱਦਾਂ ਦੀ ਹੋਈ ਨਹੀਂ ਸੀ ਪੰਜਾਬ 'ਚ, ਹੈ ਨਾ। ਅਤੇ ਤੁਸੀਂ ਕੀ ਦੇਖਦੇ ਹੋ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਗੁਜਰਾਤ ਦੇ ਵਿੱਚ ਚੋਣਾਂ ਉਹਨਾਂ ਦੀਆਂ ਚੱਲ ਰਹੀਆਂ, ਉੱਥੇ ਉਹਨਾਂ ਦਾ ਦਾਅਵਾ ਇਹ ਹੈ ਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਸਾਰਾ ਕੁਛ ਚੇਂਜ ਕਰਤਾ, ਨੁਹਾਰ ਬਦਲਤੀ ਪੰਜਾਬ ਦੀ। ਅਤੇ ਜੇ ਤੁਸੀਂ ਆਪਣੇ ਮੋਰਚੇ ਦੇ ਪ੍ਰਿਜ਼ਮ 'ਚੋਂ ਖੜ੍ਹ ਕੇ ਆਮ ਆਦਮੀ ਪਾਰਟੀ ਨੂੰ ਦੇਖਦੇ ਹੋ, ਸਰਕਾਰ ਨੂੰ ਦੇਖਦੇ ਹੋ, ਤੁਹਾਨੂੰ ਕੀ ਲੱਭਦਾ? ਸਰ ਮੈਂ ਪਹਿਲੀ ਗੱਲ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਚੇਂਜ ਕਰਤਾ, ਤੁਸੀਂ ਦੱਸੋ ਤਾਂ ਸਹੀ ਕੀ ਚੇਂਜ ਕਰਤਾ। ਜਦੋਂ ਚੋਣਾਂ ਦੌਰਾਨ ਇਹਨਾਂ ਦਾ ਮੈਨੀਫੈਸਟੋ ਐਡਾ ਵੱਡਾ ਸੀ, ਇੰਨੇ ਝੂਠ ਮਾਰ ਮਾਰ ਕੇ ਐਡੀਆਂ ਵੱਡੀਆਂ ਲਾਰਜ ਲੈਵਲ ਦੀਆਂ ਐਡਵਰਟਾਈਜ਼ਮੈਂਟ ਕਰਕੇ ਆਏ, ਅਤੇ ਇਹਨਾਂ ਨੇ ਕੀਤਾ ਕੀ ਹੈ, ਚੇਂਜ ਕੀ ਕੀਤਾ? ਅਸੀਂ ਉੱਥੋਂ ਮੋਰਚੇ ਵਿੱਚ ਤਕਰੀਬਨ 80 ਦਿਨਾਂ ਦੇ ਬੈਠੇ ਹਾਂ ਜੀ, ਸਾਡੇ ਕੋਲ ਚੀਫ ਮਿਨਿਸਟਰ ਸਾਹਿਬ ਇੱਕ ਦਿਨ ਵੀ ਨਹੀਂ ਆਏਗੇ, ਅਤੇ ਅਸੀਂ ਪੰਜਾਬ ਦੇ ਵਸਨੀਕ ਹਾਂ ਜੀ, ਸਿਟੀਜ਼ਨ ਹਾਂ ਪੰਜਾਬ ਦੇ, ਅਕਸਰ ਦੇਸ਼ ਦੇ ਵੀ ਸਿਟੀਜ਼ਨ ਹਾਂ, ਪੰਜਾਬ ਦੇ ਵੀ ਨਾਗਰਿਕ ਹਾਂ ਅਸੀਂ, ਅਤੇ ਸਾਡੇ ਕੋਲ ਆਉਣਾ ਉਹਨਾਂ ਦਾ ਕੋਈ ਫਰਜ਼ ਨਹੀਂ ਸੀਗਾ ਜੀ, ਅਤੇ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਸੀ ਸਾਡੇ ਸਾਡੇ ਕੋਲ ਆ ਕੇ ਪੁੱਛਦੇ ਵੀ ਭਾਈ ਤੁਸੀਂ 80 ਦਿਨਾਂ ਦੇ ਬੈਠੇ ਹੋ, ਤੁਹਾਨੂੰ ਕੀ ਪ੍ਰੋਬਲਮ ਹੈ, ਕਿਉਂ ਤੁਸੀਂ ਬੈਠੇ ਹੋ ਇੱਥੇ, ਤੁਹਾਡੀ ਸਮੱਸਿਆ ਕੀ ਹੈ, ਮੈਂ ਤੁਹਾਡੀ ਸਮੱਸਿਆ ਦਾ ਹੱਲ ਕਰਾਂ। ਜਦੋਂ ਇਹ ਚੀਫ ਮਿਨਿਸਟਰ ਸਾਹਿਬ ਵਿਰੋਧੀ ਧਿਰ 'ਤੇ ਸੀਗੇ, ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਸੀਗੇ ਜੀ, ਅਕਾਲੀ ਕਾਂਗਰਸ ਨੂੰ ਹਮੇਸ਼ਾ ਟਾਰਗੇਟ ਕਰਦੇ ਰਹੇ ਜੀ, ਹਰ ਗੱਲ 'ਤੇ ਟਾਰਗੇਟ ਕਰਦੇ ਰਹੇ, ਅਤੇ ਗੱਲ ਜਦੋਂ ਹੁਣ ਆਪਦੀ ਸਰਕਾਰ 'ਤੇ ਆ ਜਾਂਦੇ ਆ ਜੀ, ਅਤੇ ਜਮ੍ਹਾਂ ਹੀ ਚੁੱਪ ਹੈਗੇ ਆ ਜੀ। ਸਰਕਾਰ ਦੀ ਜਿਹੜੀ ਪਰਫੋਰਮੈਂਸ ਹੈਗੀ ਹੈ ਜੀ ਸੂਬੇ ਦੇ ਵਿੱਚ, ਮੈਂ ਜਮ੍ਹਾਂ ਸਮਝਦਾ ਟੋਟਲੀ ਪੂਅਰ ਆ ਅਤੇ ਫੇਲ ਹੈ। ਮੈਨੂੰ ਲੱਗਦਾ ਨਹੀਂ ਆਮ ਆਦਮੀ ਪਾਰਟੀ 5 ਸਾਲ ਆਪਦਾ ਟਾਈਮ ਟਨਿਊਰ ਪੂਰਾ ਕਰ ਸਕਦੀ ਹੈ ਜੀ, ਕਿਉਂਕਿ ਜਿਹੜੀ ਇਹਨਾਂ ਦੀ ਹਾਲਤ ਬਣੀ ਹੋਈ ਹੈ। ਤਾਂ ਜਿੱਦਾਂ ਦੱਸਿਆ ਵੀ ਸਰਕਾਰ ਨੇ ਨਹੀਂ ਸੁਣੀ, ਮਤਲਬ ਕਿ ਜਿਹੜੀ ਨਵੀਂ ਸਰਕਾਰ ਆਈ ਹੈ, ਤਾਂ ਤੁਸੀਂ, ਕਿਉਂਕਿ ਇਹਨਾਂ ਦਾ ਇੱਕ ਆਮ ਆਦਮੀ ਦਾ ਇਮੇਜ ਸੀ, ਤਾਂ ਤੁਸੀਂ ਵਜ੍ਹਾ ਕੀ ਮੰਨਦੇ ਹੋ, ਮਤਲਬ ਕਿ ਇਸ ਗੱਲ ਦੀ ਵਜ੍ਹਾ ਕੀ ਹੈ, ਸਰਕਾਰ ਨੇ ਕਿਉਂ ਨਹੀਂ ਸੁਣੀ? ਵਜ੍ਹਾ ਸਰ, ਇਹ ਆਮ ਆਦਮੀ ਪਾਰਟੀ ਇੱਕ ਨਹੀਂ ਗਈ, ਇਹ ਹੁਣ ਹੋ ਗਈ ਆ ਜੀ। ਵੋਟਾਂ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਸੀ, ਆਮ ਲੋਕਾਂ ਦੀ ਪਾਰਟੀ ਸੀ, ਵੋਟਾਂ ਲੈ ਕੇ ਜਿਹੜੀ ਇਹ ਚੇਅਰ 'ਤੇ ਬੈਠ ਗਏ ਆ ਸੀਐਮ ਦੀ ਚੇਅਰ 'ਤੇ, ਪਤਾ ਨਹੀਂ ਉਹ 'ਚ ਕੀ ਜਾਦੂ ਸ਼ਕਤੀ ਤਾਕਤਾਂ ਜੀ, ਉਹਨੇ ਹੁਣ ਸੀਐਮ ਸਾਹਿਬ ਜਮ੍ਹਾਂ ਹੀ ਬਦਲ ਚੁੱਕੇ ਨੇ। ਇਹ ਇੱਕ ਖਾਸ ਆਦਮੀ ਪਾਰਟੀ ਬਣ ਗਈ ਆ ਜੀ, ਖਾਸ ਆਦਮੀ ਪਾਰਟੀ ਬਣ ਗਈ ਹੈ ਜੀ। ਇਹ ਦੀਪ ਮਲਹੋਤਰੇ ਵਰਗੇ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣ ਗਈ ਆ ਜੀ, ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ 'ਚ ਲਿਆਉਣਾ ਚਾਹੁੰਦੇ ਆ, ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾਣਾ ਚਾਹੁੰਦੇ ਆ, ਪੰਜਾਬ ਦਾ ਪਾਣੀ ਮਿੱਟੀ ਪਲੀਤ ਕਰਨਾ ਚਾਹੁੰਦੇ ਆ। ਇਹ ਉਹਦਾ ਇੱਕ ਕਾਰਨ ਆ ਜੀ, ਜਿਹੜੇ ਦੀਪ ਮਲਹੋਤਰੇ ਦੇ ਖਾਸ ਆਦਮੀ ਪਾਰਟੀ ਕਹਿ ਰਹੇ ਹਾਂ, ਦਿੱਲੀ ਦੇ ਵਿੱਚ ਇੱਕ ਆਬਕਾਰੀ ਨਿਊ ਐਕਸਾਈਜ਼ ਪਾਲਿਸੀ, ਹਾਂ ਜੀ ਜੀ ਜੀ, ਉਹ ਤੋੜ ਕੇ ਇਹ ਦੀਪ ਮਲਹੋਤਰੇ ਨੂੰ ਸਾਰੇ ਠੇਕੇ ਦਿੱਤੇ ਆ ਜੀ। ਦੀਪ ਮਲਹੋਤਰਾ ਮਨੀਸ਼ ਸਿਸੋਦੀਆ ਨਾਲ ਨਾਮਜ਼ਦ ਵੀ ਹੋਇਆ, ਕੀ ਕਾਰਨ ਮੰਨੀਏ ਦੱਸੋ ਜੀ? ਇਹ ਜਿਹੜੀ ਆਮ ਆਦਮੀ ਪਾਰਟੀ ਆ ਨਾ, ਆਪਣੇ ਸੀਐਮ ਪੰਜਾਬ ਉਹਨਾਂ ਦੀ ਨਹੀਂ ਮੰਨੀ ਜਾ ਰਹੀ ਜੀ, ਜਿਹੜੀ ਇਹ ਆਪਣੇ ਪੰਜਾਬ ਨੂੰ ਚਲਾਉਣ ਵਾਲੇ ਆ ਇੱਕ ਬਾਹਰੀ ਰਾਜ ਜਿਹਨੂੰ ਪੰਜਾਬ ਬਾਰੇ ਪਤਾ ਹੀ ਨਹੀਂ, ਪੰਜਾਬ ਨੇ ਕਿੰਨੀਆਂ ਕੁਰਬਾਨੀਆਂ ਉਹਨੂੰ ਪਤਾ ਹੀ ਨਹੀਂ, ਪੰਜਾਬ ਨੇ ਕੀ ਕੀਤਾ, ਕਿੰਨੀਆਂ ਆਪਣੀਆਂ ਕੁਰਬਾਨੀਆਂ, ਚਾਹੇ ਉਹ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਜੀ, ਚਾਹੇ ਆਪਣੇ ਯੋਧਿਆਂ ਦੀ ਕੁਰਬਾਨੀਆਂ, ਚਾਹੇ ਪੰਜਾਬ ਦੇ ਦਰਦ ਰੱਖਣ ਵਾਲੇ ਹਰੇਕ ਬੰਦੇ ਦੀ ਕੁਰਬਾਨੀ, ਜਿਹੜੇ ਪੰਜਾਬ ਲਈ ਜੂਝ ਰਹੇ ਨੇ, ਅੱਜ ਵੀ ਲੜ ਰਹੇ ਨੇ, ਇਹਨੂੰ ਚਲਾ ਰਿਹਾ ਕੇਜਰੀਵਾਲ ਅਤੇ ਰਾਘਵ ਚੱਡਾ। ਅੱਜ ਤੀਕਰ ਇਤਿਹਾਸ ਤੁਸੀਂ ਚੁੱਕ ਕੇ ਦੇਖ ਲਓ, ਪੰਜਾਬ ਨੂੰ ਕੋਈ ਬਾਹਰੀ ਪਾਰਟੀ ਨਹੀਂ ਚਲਾ ਸਕਦੀ, ਪੰਜਾਬ ਆਪਣੇ ਆਮ ਬੰਦੇ ਜਿਹੜੇ ਪੰਜਾਬ ਨੂੰ ਪੰਜਾਬੀ ਚਲਾਉਂਦੇ ਨੇ। ਅਸੀਂ ਸੀਐਮ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ, ਤੁਸੀਂ ਸਰ ਅਸੀਂ ਤੁਹਾਨੂੰ ਵੋਟਾਂ ਪਾਈਆਂ, ਅਸੀਂ ਖੁਦ ਤੁਹਾਡੇ ਵਰਕਰ ਸੀਗੇ, ਜਿਹੜੇ ਤੁਸੀਂ ਵੱਡੇ ਵੱਡੇ ਕਹਿੰਦੇ ਹੁੰਦੇ ਨੇ ਮੇਰੇ ਭਮੱਕੜ, ਉਹ ਅਸੀਂ ਭਮੱਕੜਾਂ ਵਿੱਚ ਸੀਗੇ, ਅਸੀਂ ਪਿੰਡਾਂ 'ਚ ਜਾ ਕੇ ਤੁਹਾਡਾ ਪ੍ਰਚਾਰ ਵੀ ਕੀਤਾ 2014 ਤੋਂ। ਸਾਨੂੰ ਆਪ ਨੂੰ ਮਹਿਸੂਸ ਹੁੰਦਾ ਸੀਗਾ ਵੀ ਸਾਡੇ ਇਹ ਸੀਐਮ ਸਾਹਿਬ ਨੇ, ਸਾਡੇ ਆਪ ਦੇ ਬੰਦੇ ਨੇ, ਸਾਨੂੰ ਹਾਲੇ ਵੀ ਸੀਐਮ ਸਾਹਿਬ ਨਹੀਂ ਲੱਗ ਰਿਹਾ, ਸਾਨੂੰ ਐਂ ਲੱਗ ਰਿਹਾ ਵੀ ਸਾਡੇ ਜਿਹੜੇ ਉਹ ਸੀਐਮ ਦੀ ਕੁਰਸੀ 'ਤੇ ਕੋਈ ਆਪਦਾ ਵੱਡਾ ਭਰਾ ਬੈਠਾ, ਪਰ ਸਾਨੂੰ ਅੱਜ ਨਾਰਾਜ਼ਗੀ ਆ ਅਤੇ ਅੱਜ ਸਾਨੂੰ ਸ਼ਰਮਿੰਦਗੀ ਆ ਵੀ ਅਸੀਂ ਇਹ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਭਗਵੰਤ ਮਾਨ ਸਾਹਿਬ ਨੂੰ ਅਸੀਂ ਸੀਐਮ ਬਣਾਇਆ, ਉਹਨਾਂ ਨੇ ਸਾਡੀਆਂ ਉਮੀਦਾਂ 'ਤੇ ਜਮ੍ਹਾਂ ਵੀ ਖਰੇ ਨਹੀਂ ਉਤਰੇ, ਉਹਨਾਂ ਦਾ ਇੱਕ ਵੀ ਬਿਆਨ, 80 ਦਿਨ ਹੋ ਗਏ ਜੀ, ਇੱਕ ਵੀ ਬਿਆਨ ਸਾਂਝਾ ਮੋਰਚਾ ਜੀਰਾ ਦੇ ਉੱਤੇ ਨਾ ਆਉਣਾ ਇੱਕ ਵੱਡਾ ਕੁਐਸਚਨ ਮਾਰਕ ਆ। ਕਿਉਂ ਪੰਜਾਬ ਵਿੱਚ ਆਏ ਦਿਨ ਕੁਛ ਨਾ ਕੁਛ, ਜਿਵੇਂ ਪਿਛਲੇ ਆਪਾਂ ਕਾਂਡ ਦੇਖ ਲਈਏ ਜੀ, ਸਿੱਧੂ ਮੂਸੇ ਵਾਲਾ ਵੀਰ ਉਹਨਾਂ ਦੀ ਹੱਤਿਆ ਹੋਣੀ, ਸੰਦੀਪ ਨੰਗਲੰਬੀਆਂ ਵੀਰ ਉਹਨਾਂ ਦੀ ਹੱਤਿਆ ਹੋਣੀ,
चाहे साढ़े जीरे ते आउण ते जीरे विच 22 लख सधाणा जी आउंदे आ ओह पिंड जांदे ते उन्हां नूं पता लगदा वी हरी के पत्र परचा हो जांदा ये पंजाब दे वास्ते पंजाब दे हक्कां वास्ते जिहड़ा बोलदा उहनूं दबोंदे आ भगवंत मान साहब पहला कहते होंगे सके इन्हों का गीत इन्हों का एक आईकॉन गीत बन चुका सी तेरे यार नू दबन नू फिरते पर दब दबदा कित्थे पर भगवंत मान साहब तुसी दब चुके हो तुसी दब चुके हो दिल्ली दे विच तुसी दिल्ली दी जिहड़ी तुहाडी केजरीवाल दे अंडर हो गए हो तुसी राघव चड्डे तो दब चुके हो तुसी पंजाब दे हैगे तो सीएम कहन नू तुसी एक बॉडी हो पंजाब दी सीएम दी पर सोनी सोडे विच रूह जिहड़ी आ ओह केजरीवाल दी आ ठीक है तुसी पंजाब दे हक वास्ते नहीं ठीक है तुहानू लगदा मतलब कि इदां जी सानू लगदा ठीक है ते जिद्दां इन्हां ने कहा कि ये सारी सरकार ने नहीं सुनी पर जिहड़ा पुलिस प्रशासन है तुहाडे जिले दा जिहड़ा सिविल प्रशासन है उहदा की रुख रहा है मोर्चे प्रति सर उहदा रुख बहुत ही घटिया रहा जी उहदा टोटली रुख रहा फेवर दीप मल्होत्रे दे हक दे विच ठीक है जी सानू तां ऐ लगदा वी मल्होत्रा उत्थों दिल्लीओं फोन कर दिंदा फलाने फलाने बंदे ते तैयार रखो परचे कटने आ ते जिवें ओह कहिंदा जी दीप मल्होत्रा फोन कर दिंदा जी उवें एडमिनिस्ट्रेशन करी जांदा उत्थे मोर्चे जा के सानू धमकियां दित्तियां जांदियां जी IASPCS लैवल ते सानू डराउंदे धमकाउंदे आ ते ऐ वी कहिंदे आ वी असीं कैजुअलिटी वी करांगे ते जो ओहदी की कहिंदे खमियाजा होऊ असीं भुगत वी लवांगे आपे ते असीं तुहाडा मोर्चा असीं चुका के हटांगे देखो IASPCS लैवल दे अफसरां नूं इदां दीआं गल्लां करनियां शोभा नहीं दिंदा हैगा क्योंकि जिहड़े इस लैवल दे अफसर हुंदे लोकां दी सेवा करन लई आए हुंदे सूबे दे विच ठीक है ना कि लोकां नूं ड्रोन धमकाउण लई आए हुंदे देखो इन्हां अफसरां दा जिहड़ा रवैया रहा बहुत ही घटिया रहा लोकां नूं ड्रोन धमकाउण दी उहनां ने हर तरहां दी कोशिश कीती ਅਤੇ ਅੱਜ ਦੀ ਜਿਹੜੀ ਮੈਂ ਸਿਚੁਏਸ਼ਨ ਤੁਹਾਨੂੰ ਦੱਸਦਾ ਜੀ ਅੱਜ ਸਾਡੇ ਮੋਰਚੇ ਦੇ ਬਾਹਰ ਬੈਰੀਕੇਡਿੰਗ ਕੀਤੀ ਵੀ ਆ ਬੈਰੀਕੇਡਿੰਗ ਵੀ ਬਹੁਤ ਹਾਈ ਲੈਵਲ ਦੀ ਕੀਤੀ ਵੀ ਆ ਅਤੇ ਦਫਾ 144 ਵੀ ਲਾਤੀ ਹੈ ਜੀ DC ਮੈਡਮ ਨੇ 144 ਲਾਤੀ ਆ ਅਤੇ ਉਹ ਅਸੀਂ ਉਹਨਾਂ ਨੂੰ ਕੁਐਸਚਨ ਕਰਨਾ ਚਾਹੁੰਦੇ ਹਾਂ ਜਿਹੜੀ 44 ਲਾਈ ਹੈ ਇਹ ਤੁਸੀਂ ਕੋਰਟ ਦੀਆਂ ਡਾਇਰੈਕਸ਼ਨ ਦੇ ਅਨੁਸਾਰ ਲਾਈ ਹੈ ਜਾਂ ਆਪਦੇ ਕੋਲੋਂ ਲਾਈ ਹੈ ਜੇ ਤਾਂ ਕੋਰਟ ਦੀਆਂ ਡਾਇਰੈਕਸ਼ਨ ਦੇ ਅਨੁਸਾਰ ਲਾਈ ਹੈ ਤਾਂ ਸਾਨੂੰ ਤਾਂ ਦੱਸੋ ਇਹ ਮੈਨੂੰ ਤਾਂ ਲੱਗਦਾ ਆਪਦੇ ਤਰਫੋਂ ਫੈਸਲਾ ਇੱਕ ਉਹਨਾਂ ਦਾ ਪਰ ਡੈਮੋਕ੍ਰੇਸੀ ਦਾ ਕਾਨ ਹੋ ਰਿਹਾ ਜੀ ਤਾਂ ਉਠਾਉਣ ਦੀ ਕੋਸ਼ਿਸ਼ ਕੀਤੀ ਪੂਰੀ ਫੁੱਲ ਕੋਸ਼ਿਸ਼ ਹੈ ਜੀ ਚੱਲ ਰਹੀ ਹੈ ਕੋਸ਼ਿਸ਼ ਉਹਨਾਂ ਦੀ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਉਹ ਤੋਂ ਪਰ ਇਹ ਡੈਮੋਕ੍ਰੇਸੀ ਦੇ ਡੈਮੋਕ੍ਰੇਸੀ ਇੰਡੀਆ ਦੀ ਜਿਹੜੀ ਕੰਟਰੀ ਆ ਡੈਮੋ ਸਭ ਤੋਂ ਵੱਡੀ ਡੈਮੋਕ੍ਰੇਸੀ ਕੰਟਰੀ ਆ ਜੀ ਇੰਡੀਆ ਠੀਕ ਆ ਪਰ ਬਿਊਰੋਕ੍ਰੇਸੀ ਤਾਂ ਬਹੁਤ ਜ਼ਿਆਦਾ ਭਾਰੀ ਹੋ ਗਈ ਆ ਬਿਊਰੋਕ੍ਰੇਸੀ ਆਪਦੀਆਂ ਮਰਜ਼ੀਆਂ ਕਰ ਰਹੀ ਆ ਪਰ ਇੱਦਾਂ ਦੀਆਂ ਮਰਜ਼ੀਆਂ ਬਿਊਰੋਕ੍ਰੇਸੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਤੇ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਕੋਈ ਵੀ ਫੈਸਲਾ ਕਰਨਾ ਚਾਹੀਦਾ ਲੋਕਾਂ ਦੇ ਹਿੱਤਾਂ ਲਈ ਕਰਨਾ ਚਾਹੀਦਾ ਨਾ ਕਿ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਠੀਕ ਹੈ ਅਤੇ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਭਗਵੰਤ ਮਾਨ ਸਾਹਿਬ ਬਾਰੇ ਕਿ ਇੱਦਾਂ ਦੀ ਇਹਨਾਂ ਦੀ ਸਿਚੁਏਸ਼ਨ ਹੈਗੀ ਆ ਤਾਂ ਆਪਾਂ ਦੇਖਿਆ ਕਿ ਜਦੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਤਾਂ ਉਹਦੇ ਵਿੱਚ ਇੱਕ ਇਨਵਾਇਰਮੈਂਟਲਿਸਟ ਨੂੰ ਚੁਣਿਆ ਗਿਆ ਬਲਬੀਰ ਸਿੰਘ ਸੀਚੇਵਾਲ ਨੂੰ ਅਤੇ ਇਹ ਜਿਹੜਾ ਤੁਹਾਡਾ ਮੁੱਦਾ ਹੈ ਡਾਇਰੈਕਟਲੀ ਇਨਵਾਇਰਮੈਂਟ ਨਾਲ ਜੁੜਿਆ ਹੋਇਆ ਤਾਂ ਬਲਬੀਰ ਸਿੰਘ ਸੀਚੇਵਾਲ ਜਿਹੜੇ ਕਿ ਇਸ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਨੇ ਉਸ ਤੋਂ ਬਿਨਾਂ ਵੀ ਉਹਨਾਂ ਦੀ ਇੱਕ ਛਵੀ ਹੈ ਚੰਗੇ ਇਨਵਾਇਰਮੈਂਟ ਲਈ ਨੇ ਤਾਂ ਉਹਨਾਂ ਦਾ ਜਿਹੜਾ ਰਵੱਈਆ ਰਿਹਾ ਸਾਰੇ ਮਾਮਲੇ 'ਚ ਉਹ ਤੁਸੀਂ ਉਹਨਾਂ ਨੂੰ ਅਪਰੋਚ ਕੀਤਾ ਤੁਹਾਨੂੰ ਮਿਲੇ ਜਾਂ ਉਹਨਾਂ ਦਾ ਕੀ ਰਵੱਈਆ ਰਿਹਾ ਜੇ ਮਿਲੇ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਜੀ ਸਾਡੇ ਕੋਲ ਆਏ ਸੀਗੇ ਜਿਹੜੇ ਸਤਿਕਾਰਯੋਗ ਹਸਤੀ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਹੁਣ ਉਹ ਇੱਕ ਸੰਤ ਦੇ ਪਹਿਲਾਂ ਇੱਕ ਸਰਕਾਰੀ ਹੋ ਗਏ ਜੀ ਹਾਂਜੀ ਪਹਿਲਾਂ ਆਉਂਦਾ ਜੀ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਪਹਿਲਾਂ ਸੰਸਦ ਮੈਂਬਰ ਹੋ ਗਏ ਜੀ ਪਹਿਲਾਂ ਉਹ ਸਰਕਾਰੀ ਹੋ ਗਏ ਆ ਉਹਨਾਂ ਦਾ ਵੀ ਰੁਪਈਆ ਪਹਿਲਾਂ ਜਦੋਂ ਸੰਸਦ ਮੈਂਬਰ ਨਹੀਂ ਸੀ ਸ਼ਾਇਦ ਉਹਨਾਂ ਨੇ ਪੰਜਾਬ ਲਈ ਬਹੁਤ ਕੁਛ ਕੀਤਾ ਹੋਵੇ ਜਿਵੇਂ ਹਾਂ ਕੀਤਾ ਵੀ ਆ ਜਿਵੇਂ ਸੁਲਤਾਨਪੁਰ ਲੋਧੀ ਬੇਈ ਦੀ ਸਫਾਈ ਕੀਤੀ ਆ ਪਰ ਹੁਣ ਉਹ ਸਰਕਾਰੀ ਹੋ ਚੁੱਕਿਆ ਉਹ ਵੀ ਸਰਕਾਰ ਦੀ ਹੀ ਸੰਤ ਨਹੀਂ ਰਹੇ ਤੁਹਾਨੂੰ ਲੱਗਦਾ ਸਰਕਾਰੀ ਹੋ ਗਿਆ ਸਰਕਾਰੀ ਹੋ ਗਿਆ ਜੀ ਤੇ ਉਹਦੀ ਤੁਸੀਂ ਵਜ੍ਹਾ ਕੀ ਮੰਨਦੇ ਹੋ ਐਵੀਡੈਂਸ ਕੀ ਹੈ ਤੁਹਾਡੇ ਕੋਲ ਉਸ ਗੱਲ ਦਾ ਉਹ ਪਾਵਰ ਜਿਹੜੀ ਕੁਰਸੀ ਦੀ ਪਾਵਰ ਜਿਹੜੀ ਕੁਰਸੀ ਦੇ ਵਿੱਚ ਇੱਕ ਜਾਦੂ ਆ ਸ਼ਕਤੀ ਆ ਜਿਹੜੀ ਉਹ ਕੁਰਸੀ ਦੇ ਉੱਤੇ ਬੈਂਦਾ ਬਹਿ ਜਾਂਦਾ ਉਹ ਸਰਕਾਰ ਦੇ ਹੱਕ ਵਿੱਚ ਹੀ ਭੁਗਤਦਾ ਨਹੀਂ ਤੁਸੀਂ ਉਹਨਾਂ ਨੂੰ ਮਿਲੇ ਸੀ ਹਾਂਜੀ ਮਿਲੇ ਸੀ ਉਹ ਸਾਡੇ ਆਏ ਸੀਗੇ ਜੀ ਵਿਜ਼ਿਟ ਕਰਕੇ ਗਏ ਆ ਕੀ ਕਿਹਾ ਉਹਨਾਂ ਨੇ ਉਹ ਜੀ ਸਟੇਜ ਦੇ ਉੱਤੋਂ ਕਹਿੰਦੇ ਵੀ ਹਾਂਜੀ ਇਹ ਫੈਕਟਰੀ 'ਚ ਪਾਣੀ ਮਤਲਬ ਪਲਿਊਟ ਕੀਤਾ ਹੋਇਆ ਪਤਾ ਪਰ ਇਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਾਉਣਾ ਚਾਹੀਦਾ ਸੀਗਾ ਇੱਦਾਂ ਫੈਕਟਰੀਆਂ ਵੀ ਜ਼ਰੂਰੀ ਆ ਉਹ ਮਤਲਬ ਗੱਲ ਗੋਲ ਮੋਲ ਕਰ ਗਈ ਅੱਧਾ ਉਹ ਫੈਕਟਰੀ ਦੇ ਹੱਕ 'ਚ ਭੁਗਤ ਗਏ 70% 30% ਸਾਡੇ ਹੱਕ 'ਚ ਭੁਗਤ ਗਏ ਮਤਲਬ ਉਹ ਸਾਡੇ ਤੋਂ ਖਿਹੜਾ ਛੜਾ ਕੇ ਗਏ ਵੀ ਹੁਣ ਮੈਂ ਜਵਾਬ ਕੀ ਦੇਵਾਂ ਮੁੱਖ ਦੀ ਗੱਲ ਇਹ ਆ ਜੀ ਅਤੇ ਤੁਹਾਨੂੰ ਮਤਲਬ ਕਿ ਉੱਥੇ ਕਿਸੇ ਵੀ ਜਿਵੇਂ ਬਲਬੀਰ ਸਿੰਘ ਸੀਚੇਵਾਲ ਦੀ ਇੱਕ ਰਿਸਪੈਕਟ ਹੈਗੀ ਆ ਜਿਹੜੇ ਉੱਥੇ ਲੋਕ ਸੀਗੇ ਸਾਰਿਆਂ ਦਾ ਹੀ ਤੁਹਾਡੇ ਵਾਲਾ ਵਿਊ ਹੈ ਸਾਡੇ ਜਿਹੜੇ ਲੋਕ ਹਨ ਜੀ ਸਾਡੇ ਸਾਰੇ ਹੀ ਲੋਕ ਤੁਸੀਂ ਜਦ ਪੁੱਛ ਸਕਦੇ ਹੋ
ਵੀ ਹਰੇਕ ਬੰਦਾ ਜਿਹੜੇ ਕੋਈ ਚੰਗੀ ਭੂਮਿਕਾ ਨਿਭਾਈ ਆ ਜੀ ਉਹਦੇ ਬਾਰੇ ਚੰਗਾ ਬੋਲਣਗੇ, ਜਿਹੜੇ ਮਾੜੀ ਭੂਮਿਕਾ ਨਿਭਾਈ ਆ ਚਾਹੇ ਕੋਈ ਮਰਜ਼ੀ ਹੋਵੇ ਉਹਦੇ ਬਾਰੇ ਮਾੜਾ ਬੋਲਣਗੇ। ਜਿਹੜੇ ਸਾਡੇ ਲੋਕ ਆ ਜੀ ਲੋਕ ਸਤਾਏ ਬੈਠੇ ਹੋਏ ਸਤਾਏ ਬੈਠੇ, ਠੀਕ ਹੈ। ਤਾਂ ਉਹਦੇ ਵਿੱਚ ਹੁਣ ਜਿਵੇਂ 80 ਦਿਨ ਹੋ ਗਏ ਲੰਬਾ ਖਿੱਚ ਗਿਆ ਮੋਰਚਾ, ਬਿਲਕੁਲ ਬਿਲਕੁਲ, ਠੀਕ ਹੈ ਨਾ। ਜਦੋਂ ਇੱਕ ਜਦੋਂ ਤੁਸੀਂ ਕੋਈ ਮੂਵਮੈਂਟ ਸ਼ੁਰੂ ਕਰਦੇ ਹੋ ਉਹਦੇ 'ਚ ਇੱਕ ਚੜਾਅ ਹੁੰਦਾ, ਮਤਲਬ ਕਿ ਲੋਕਾਂ 'ਚ ਜੋਸ਼ ਵੀ ਹੁੰਦਾ, ਇਹੋ ਜਿਹੇ ਐਡਵਰਸਿਟੀ ਨੂੰ ਦੇਖਿਆ ਨਹੀਂ ਹੁੰਦਾ। ਜਦੋਂ ਕੋਈ ਵੀ ਚੀਜ਼ ਲੰਬੀ ਖਿੱਚਦੀ ਹੈ ਤਾਂ ਉਹਨੂੰ ਕੰਟੀਨਿਊ ਰੱਖਣਾ ਔਖਾ ਹੁੰਦਾ, ਦੁਸ਼ਵਾਰੀਆਂ ਪੈਰ ਪੈਰ 'ਤੇ ਵੱਧਦੀਆਂ ਰਹਿੰਦੀਆਂ ਨੇ। ਤਾਂ ਹੁਣ ਕਿੱਦਾਂ ਚੱਲ ਰਿਹਾ, ਮਤਲਬ ਕਿ ਜਿਹੜੀ ਰੋਟੇਸ਼ਨ ਆ ਉਹਦੇ ਉਹਦੇ ਵਿੱਚ ਤੁਹਾਡੇ ਕੋਲ ਮੌਬ ਕਿੱਥੋਂ ਆ ਰਹੀ ਹੈ, ਬੰਦੇ ਜਿਹੜੇ ਐਜੀਟੇਟਰ ਨੇ ਜਾਂ ਤੁਹਾਨੂੰ ਪੰਜਾਬ ਤੋਂ ਲੋਕ ਜਾ ਰਹੇ ਆ ਉਹਨਾਂ ਪਿੰਡਾਂ ਦੇ ਨੇ, ਜਾਂ ਤੁਸੀਂ ਰੋਟੇਸ਼ਨ ਵਾਈਜ਼ ਰੱਖਿਆ? ਸਾਡੇ ਸਰ ਪਿੰਡਾਂ ਦੇ ਹੀ ਲੋਕ ਹੈਗੇ ਜੀ, ਤਕਰੀਬਨ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਜੀ। ਸਾਡੇ ਸਾਰੇ ਲੋਕ ਪੰਜਾਬ ਦੇ ਪਾਣੀ ਨੂੰ ਬਚਾਉਣਾ ਚਾਹੁੰਦੇ ਆ, ਪਾਣੀ ਦੇ ਦਰਦੀ ਲੋਕ ਆ ਜੀ ਉੱਥੇ ਬੈਠੇ ਹੋਏ, ਸਤਾਏ ਹੋਏ ਦੀਪ ਮਲਹੋਤਰੇ ਦੇ ਸਤਾਏ ਹੋਏ ਲੋਕ ਆ ਜੀ, ਕਿਉਂਕਿ ਦੀਪ ਮਲਹੋਤਰੇ ਨੇ ਸਾਡਾ ਪਾਣੀ ਜੀ ਟੋਟਲੀ ਬਰਬਾਦ ਕਰਤਾ। ਜਿਹੜਾ ਸਾਡੇ ਪਾਣੀ ਜਿਹੜਾ ਸਾਡੇ ਏਰੀਏ ਦੇ ਪਾਣੀ ਦਾ TDS ਇੰਨਾ ਜ਼ਿਆਦਾ ਵੱਧ ਚੁੱਕਾ ਨਾ ਜੀ, ਉਹਦਾ ਕੋਈ ਹਿਸਾਬ ਹੀ ਹੈ ਨੀਗਾ। ਅਤੇ ਦੂਸਰੀ ਗੱਲ ਇਹ ਆ ਜੀ, ਲੋਕ ਨਾ ਦੀਪ ਮਲਹੋਤਰੇ ਤੋਂ ਬਹੁਤ ਹੀ ਜ਼ਿਆਦਾ ਦੁਖੀ ਹੋਏ ਪਿਆ, ਇਹਦੀ ਇੰਡਸਟਰੀ ਤੋਂ ਲੋਕ ਇੰਨਾ ਦੁਖੀ ਹੋਏ ਆ, ਕਈ ਬੰਦੇ ਦਾ ਵਿਚਾਰੇ ਪਿੰਡ ਛੱਡ ਚੁੱਕੇ ਆ ਜੀ, ਬਾਹਰ ਚਲੇ ਗਏ ਆ, ਵੀ ਉਹ ਲੋਕ ਸੋਚਦੇ ਆ ਵੀ ਇਹ ਬੰਦ ਤਾਂ ਹੋਣੀ ਨਹੀਂ ਗੀ, ਠੀਕ ਹੈ, ਅਤੇ ਹੁਣ ਕਰੀਏ ਕੀ। ਪਰ ਅਸੀਂ ਜਦੋਂ ਦਾ ਮੋਰਚਾ ਲਾਇਆ ਜੀ, ਅਸੀਂ ਲੋਕਾਂ 'ਚ ਇੱਕ ਵਿਸ਼ਵਾਸ ਪੈਦਾ ਕਰਤਾ, ਅਸੀਂ ਬੰਦ ਵੀ ਕਰਾਵਾਂਗੇ, ਅਸੀਂ ਇਹ ਗੱਲ ਨਹੀਂ ਪਿੱਛੇ ਨਹੀਂ ਹਟਦੇਗੇ। ਅਸੀਂ ਲੋਕ ਅਸੀਂ ਜਦੋਂ ਇਹ ਮੋਰਚਾ ਲਾਉਣ ਤੋਂ ਪਹਿਲਾਂ ਜੀ ਗੁਰੂ ਮਹਾਰਾਜ ਦੀ ਉੱਥੇ ਬਾਬੇ ਦੁਨੀ ਚੰਦ ਦੀ ਸਹੁੰ ਖਾ ਕੇ ਆਏ ਸੀਗੇ ਜੀ, ਵੀ ਅਸੀਂ ਉੱਠਣਾ ਨੀਗਾ, ਚਾਹੇ ਸਾਨੂੰ ਪੁਲਿਸ ਜੇਲ੍ਹਾਂ 'ਚ ਪਾ ਦੇ, ਚਾਹੇ ਸਾਡੇ 'ਤੇ ਪਰਚੇ ਕਰ ਲਏ, ਜੋ ਪੁਲਿਸ ਨੂੰ ਚੰਗਾ ਲੱਗਦਾ ਕਰ ਲਏ, ਪਰ ਅਖੀਰ ਮੋਰਚਾ ਅਖੀਰ ਤੱਕ ਲੜਾਂਗੇ। ਅਸੀਂ ਪੰਜਾਬ ਦਾ ਪਾਣੀ ਬਚਾਵਾਂਗੇ, ਪੰਜਾਬ ਦੀ ਹਵਾ ਬਚਾਵਾਂਗੇ, ਪੰਜਾਬ ਦੀ ਧਰਤੀ ਬਚਾਵਾਂਗੇ, ਪੰਜਾਬ ਦੀ ਜ਼ਮੀਨ ਬਚਾਵਾਂਗੇ। ਅਤੇ ਇਹਦੀ ਇਹਨੇ ਜਿਹੜਾ ਦੀਪ ਮਲਹੋਤਰੇ ਨੇ ਗੰਦ ਜਿਹੜਾ ਉੱਥੇ ਪਾਇਆ ਹੋਇਆ, ਜੇ ਮੈਂ ਤੁਹਾਨੂੰ ਦੱਸਣ ਵੀ ਲੱਗ ਗਿਆ ਨਾ, ਮੈਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਣਾ। ਮਾਈਨਿੰਗ ਇਹਨੇ ਕੀਤੀ ਹੋਈ ਹੈ ਜੀ, ਦੇਖੋ ਸਾਨੂੰ ਤਾਂ ਕੈਜੂਐਲਿਟੀ ਲਈ ISPCS ਅਫਸਰ ਡਰਾ ਰਹੇ ਆ, ਅਤੇ ਇਹਦੀ ਮਾਈਨਿੰਗ ਦਿਸਦੀ ਨਹੀਂ ਗੀ, ਓਪਨ ਦੇ ਵਿੱਚ ਮਾਈਨਿੰਗ ਕੀਤੀ ਹੋਈ ਆ, ਪਰਚਾ ਕੋਈ ਨਹੀਂ ਹੋ ਨਹੀਂ ਰਿਹਾ ਇਹਨਾਂ 'ਤੇ। ਜੇ ਕੋਈ ਨੋਰਮਲ ਬੰਦਾ ਮਾਈਨਿੰਗ ਕਰਦੇ ਨਾ ਕਿਤੇ, ਕੋਈ 5-7 ਫੁੱਟ ਦੀ ਕੋਈ ਖੱਡ ਮਾਰ ਕੇ 10-15 ਫੁੱਟ 'ਚ ਰੇਤਾ ਕੱਢ ਲਏ, ਅਤੇ ਉਹਦੇ 'ਤੇ ਸ਼ਾਮ ਨੂੰ ਪਰਚਾ ਹੋ ਜਾਂਦਾ, ਘੰਟਿਆਂ 'ਚ ਪਰਚਾ ਹੋ ਜਾਂਦਾ, ਇਹਨਾਂ 'ਤੇ ਪਰਚਾ ਹੀ ਨਹੀਂ ਹੋਇਆ ਤਿੱਕਰ। ਠੀਕ ਹੈ ਬਾਈ ਜੀ, ਸਾਥ ਦੀ ਗੱਲ ਕਰ ਰਹੇ ਨਾ, ਹਾਂਜੀ ਸਾਥ ਦੀ ਗੱਲ ਕਰ ਰਹੇ, ਮੈਂ ਥੋੜ੍ਹੇ ਕੰਟੀਨਿਊ ਕਰ ਰਿਹਾ ਬਾਈ ਨੂੰ। ਸਾਥ ਸਾਨੂੰ ਬਹੁਤ ਵੱਡਾ ਮਿਲ ਰਿਹਾ ਜੀ ਕਿਸਾਨ ਜਥੇਬੰਦੀਆਂ ਦਾ, ਸਮੁੱਚੀਆਂ ਹੀ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਜੀ, ਅਲੱਗ ਅਲੱਗ ਪਲੇਟਫਾਰਮ 'ਤੇ ਸਾਡੀ ਗੱਲ ਰੱਖ ਰਹੀਆਂ ਜੀ, ਸਭ ਭਾਈਚਾਰਾ ਜੀ ਸਾਡੇ ਨਾਲ ਆ ਜੀ, ਪੰਜਾਬ ਦੇ ਦਰਦ ਰੱਖਣ ਵਾਲੇ ਹਰੇਕ ਬੰਦਾ ਸਾਡੇ ਨਾਲ ਆ ਜੀ। ਜਿਹੜਾ ਇਹ ਮਸਲਾ ਜੀ ਹੁਣ ਇਕੱਲਾ ਇਹ ਜੀਰੇ ਦਾ ਮਸਲਾ ਨਹੀਂ ਰਹਿ ਗਿਆ, ਇਹ ਪੰਜਾਬ ਦਾ ਮਸਲਾ ਬਣ ਗਿਆ ਜੀ, ਫਿਰ ਵੀ ਇਹ ਗਲੋਬ ਦਾ ਮਸਲਾ ਬਣ ਗਿਆ, ਵਰਲਡ ਲੈਵਲ 'ਤੇ ਮਸਲਾ ਬਣ ਗਿਆ ਜੀ। ਇਹ ਜਿਹੜਾ ਇੱਕ ਪਾਣੀ ਆ, ਪਾਣੀ ਆਪਣੀ ਜ਼ਿੰਦਗੀ ਦਾ ਇੱਕ ਮੇਨ ਸਰੋਤ ਆ, ਪਾਣੀ ਹਵਾ ਬਿਨਾਂ ਆਪਾਂ ਰਹਿ ਨਹੀਂ ਸਕਦੇ, ਪਾਣੀ ਹਵਾ ਉਹ ਸਾਡਾ ਇੱਕ ਹੱਕ ਆ ਜੀ, ਅਸੀਂ ਆਪਦੇ ਹੱਕ ਵਾਸਤੇ ਬੈਠੇ ਹਾਂ। ਅਸੀਂ ਪਾਣੀ, ਸਾਫ਼ ਪਾਣੀ ਚਾਹੀਦਾ ਸਾਨੂੰ, ਸਾਫ਼ ਹਵਾ ਚਾਹੀਦੀ ਆ, ਸਾਫ਼ ਮਿੱਟੀ ਚਾਹੀਦੀ ਆ ਜਿਹਦੇ ਵਿੱਚ ਅਸੀਂ ਆਪਦੀ ਉਪਜਾਏ ਕਰ ਸਕੀਏ, ਜ਼ਮੀਨ ਉਪਜਾ ਸਕੀਏ, ਅਤੇ ਆਪਦਾ ਘਰ ਬਾਰ ਅਸੀਂ ਚਲਾ ਸਕੀਏ ਜੀ। ਸਾਡੇ ਨਾਲ ਹਰੇਕ ਪੰਜਾਬ ਦਰ ਦੀ ਲੋਕ ਨੇ ਜੀ, ਸਾਡੇ ਨਾਲ ਕਿਸਾਨ ਜਥੇਬੰਦੀਆਂ ਜੀ। ਅਤੇ ਹੁਣ ਤੁਹਾਡੀ ਮਤਲਬ ਕਿ ਲਾਸਟ ਸਵਾਲ ਹੈ, ਮਤਲਬ ਕਿ ਹੁਣ ਤੁਹਾਡੀ ਅਗਲੀ ਹਕਮਤ ਅਮਲੀ ਕੀ ਹੈ? ਮੰਨ ਲਓ ਸਰਕਾਰ ਨੇ ਤਾਂ ਆਪਣਾ ਰੁੱਖ ਸਪਸ਼ਟ ਕਰਤਾ ਜੀ, ਸਰ ਅਗਲਾ ਜਿਹੜਾ ਹੈਗਾ ਸਟੈਪ ਹੈਗਾ, ਦੇਖੋ ਜੇ ਤਾਂ ਸਰਕਾਰ ਮੰਨ ਜਾਂਦੀ ਹੈ ਤਾਂ ਵੈਲ ਐਂਡ ਗੁੱਡ ਆ, ਨਹੀਂ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ MLA ਦਾ ਘਰਾਓ ਕਰਾਂਗੇ, ਘਰਾਂ ਦਾ ਘਰਾਓ ਕਰਾਂਗੇ। ਫਿਰ ਜੇ ਤਾਂ ਵੀ ਨਾ ਇਹ ਮੰਨੇ, ਅਸੀਂ ਸਾਰਾ ਪੰਜਾਬ ਲੈ ਕੇ ਇੱਕ ਵੱਡਾ ਇਕੱਠ ਕਰਾਂਗੇ, ਵਿਸ਼ਾਲ ਇਕੱਠ ਕਰਾਂਗੇ, ਰੈਲੀ ਕਰੀਏ ਜਾਂ ਕੁਛ ਕਰੀਏ, ਹਾਈ ਲੈਵਲ ਦਾ ਇਕੱਠ ਕਰਾਂਗੇ, ਉਸ ਤੋਂ ਬਾਅਦ ਅਸੀਂ ਪੰਜਾਬ ਦੇ CM ਦਾ ਕਰ ਕੇਰਾਂਗੇ। ਇੱਕ ਅਗਲੀ ਰਣਨੀਤੀ ਇੱਕ ਸਾਡੀ ਹੋਰ ਆ ਜੀ, ਹੁਣ ਜਿਵੇਂ ਤੁਹਾਨੂੰ ਪਤਾ ਜੀ, ਇੱਕ ਪੰਜਾਬ ਨੂੰ ਰੀਪ੍ਰਜੈਂਟ ਕਰਕੇ ਅਤੇ ਪੂਰੇ ਭਾਰਤ ਵਿੱਚ ਇੱਕ ਵੇਵ ਬਣਾ ਕੇ ਅਤੇ ਕੇਜਰੀਵਾਲ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੁੰਦੇ ਆ, ਹੈ ਨਾ ਜੀ। ਅਸੀਂ ਉਹ ਇਹਨਾਂ ਦੇ ਜਿਹੜੇ ਕਰ ਰਹੇ ਵਾਅਦੇ, ਇਹ ਮਤਲਬ ਲੋਕਾਂ ਨੂੰ ਜਾਣ ਕੇ ਝੂਠ ਦਿਖਾ ਰਹੇ ਆ, ਪੰਜਾਬ ਨੂੰ ਝੂਠਾ ਦਿਖਾ ਰਹੇ ਨੇ, ਹੈ ਨਾ। ਅਸੀਂ ਉਹ ਇਹਨਾਂ ਦਾ ਪਰਦਾਫਾਸ਼ ਕਰਾਂਗੇ, ਮੈਂ ਉਹੀ ਕਹਿੰਦਾ ਵੀ ਗੁਜਰਾਤ ਦਾ ਵੋਟਰ, ਅਸੀਂ ਗੁਜਰਾਤ ਵਿੱਚ ਜਾਵਾਂਗੇ, ਅਸੀਂ ਹਿਮਾਚਲ ਵਿੱਚ ਜਾਵਾਂਗੇ, ਭਾਰਤ ਦੇਸ਼ ਵਿੱਚ ਜਿੱਥੇ ਜਿੱਥੇ ਵੋਟ ਪਊਗੀ, ਜਿੱਥੇ ਜਿੱਥੇ ਕੇਜਰੀਵਾਲ ਸਰਕਾਰ ਆਪਣਾ ਖੜੂਗੀ, ਅਸੀਂ ਉੱਥੇ ਜਾ ਕੇ ਇਹਨਾਂ ਦਾ ਵਿਰੋਧ ਕਰਾਂਗੇ। ਜਿਹੜੇ ਉੱਥੋਂ ਦੇ ਲੋਕਲ ਲੋਕ ਹੋਣਗੇ ਉਹਨਾਂ ਨੂੰ ਅਸੀਂ ਦੱਸਾਂਗੇ ਵੀ ਇਹ ਸਰਕਾਰ ਇੱਕ ਜੁਮਲਿਆਂ ਦੀ ਸਰਕਾਰ ਆ, ਇਹ ਸਰਕਾਰ ਬਦਲਾਅ ਦੀ ਸਰਕਾਰ ਨਹੀਂ, ਇਹ ਬਦਲਿਆਂ ਦੀ ਸਰਕਾਰ ਆ, ਇਹ ਗਿਣ ਗਿਣ ਕੇ ਬਦਲੇ ਲੈ ਰਹੀ ਆ, ਪੰਜਾਬ ਦੇ ਲੈ ਰਹੀ ਆ, ਚਾਹੇ ਜਿਹੜੇ ਮਰਜ਼ੀ ਤਰੀਕੇ ਨਾਲ। ਹੁਣ ਸਾਡੇ ਵੀ, ਅਸੀਂ 80 ਦਿਨਾਂ ਤੋਂ ਹਰਾਸ ਹੋ ਰਹੇ ਹਾਂ ਉੱਥੇ, 80 ਦਿਨਾਂ ਤੋਂ CM ਸਾਹਿਬ ਦੀ ਚੁੱਪੀ ਸਭ ਤੋਂ ਵੱਡੀ ਗੱਲ ਆ। ਕਿਸਾਨ ਬਿੱਲ ਵੇਲੇ ਮੋਦੀ ਸਾਹਿਬ ਚੁੱਪ ਸੀਗੇ, ਹੁਣ CM ਸਾਹਿਬ ਚੁੱਪ ਨਹੀਂ, ਕਿਉਂ? ਕੁਐਸਚਨ ਮਾਰਕ ਵੱਡਾ। CM ਸਾਹਿਬ ਤੁਸੀਂ ਅੱਖਾਂ ਤਾਂ ਠਾਰੋ ਜਨਤਾ ਦੀਆਂ, ਕੋਈ ਮਾੜੇ ਮੋਟੇ ਤੁਸੀਂ ਉੱਥੇ ਰੱਖ ਦਿਓ ਆਪਦਾ ਗੱਲ। ਅਸੀਂ ਇਹ ਸਰਕਾਰ ਨੂੰ ਪੂਰਾ ਹੀ ਭਾਰਤ ਦੇਸ਼ ਦੇ ਵਿੱਚ ਇਹਨੂੰ ਨੰਗਾ ਕਰਾਂਗੇ, ਦੱਸਾਂਗੇ ਲੋਕਾਂ ਨੂੰ ਵੀ ਇਹ ਸਰਕਾਰ ਇੱਕ ਬਦਲਾਅ ਦੀ ਸਰਕਾਰ ਨਹੀਂ, ਇਹ ਬਦਲਿਆਂ ਦੀ ਸਰਕਾਰ ਹੈ ਜੀ। ਧੰਨਵਾਦ, ਬਹੁਤ 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 ਧੰਨਵਾਦ ਜੀ। ਇਹ ਸਨ ਫਤਿਹ ਸਿੰਘ ਅਤੇ ਰੋਮਨ ਬਰਾੜ।
जीरा जिद्दे वेखे मंसूर वाला पिंड दे विच जिहड़ा कि मोर्चा चल रहा शराब की फैक्टरी के खिलाफ उसते आगू ने तो इन्होंने बहुत जो हौलनाक जिहड़े खुलासे ने वो किए ने आम आदमी पार्टी के दावियां ते उन्हां दी जिहड़ी कारगुजारी की हकीकत है वह रखण की कोशिश की है। असीं सरकारी नुमाइंदियां नाल भी गल करन की कोशिश करांगे कि इस मसले के उत्ते उन्हां दा की रुख है, पर जिहड़ा रुख उन्होंने हुण तक शो किया उस चो ये समझ आती है कि जो किस किस्म का जो कंसर्न है सरकार का, क्योंकि ये बहुत एक अहम पक्ष है कि सरकार जी सी सिक्ख्या ते सेहत के मसले नूं मुद्दा बना के सत्ता दे विच आई सी, तां इह जिहड़ा मुद्दा लोगों की सेहत दे नाल जुड़िया होया ते जे इस दे उत्ते सरकार दा इह रुख है तां फिर उन्हां दीआं जिहड़ीआं प्रायोरिटीज़ ने उह की ने ते जिहड़ी उह सियासी जुमलेबाजी है वो की है ये सानू सहजे समझ आता है। तो बहुत जिहड़ी सरकार के सामने इस सारे सवाल ने बलबीर सिंह सीचेवाल बारे जिहड़ा इंप्रैशन है लोगों का वो इंप्रैशन दे उत्ते भी इन्होंने डाढ़े सवाल चुके ने, तो असं उम्मीद करते हैं कि आने वाले दिनों सरकार ते बलबीर सिंह सीचेवाल जिहड़े ने इस सारे मुद्दे गंभीरता समझते हुए कोई जिहड़े उसारू कदम जिहड़े ने इसकी रोकथाम के लिए चुकणगे। धन्यवाद।